ਇਸ ਵਕਤ ਦੀ ਬਹੁਤ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਫਰੀਦਕੋਟ ਪੁਲਿਸ ਨੇ ਦੋ ਮੋਟਰਸਾਈਕਲ ਸਵਾਰਾਂ ਤੇ ਫਾਇਰਿੰਗ ਕਰ ਦਿੱਤੀ ਆ। ਦੱਸਿਆ ਜਾ ਰਿਹਾ ਮਾਮਲਾ ਪੂਰਾ ਇਹ ਹੈ ਕਿ ਫਰੀਦਕੋਟ ਪੁਲਿਸ ਨੇ ਪਿੰਡ ਪੰਜਗਰਾਈ ਕਲਾਂ ਵਿਖੇ ਇੱਕ ਨਾਕਾ ਲਾਇਆ ਹੋਇਆ ਸੀ, ਨੋਰਮਲ ਚੈਕਿੰਗ ਚੱਲ ਰਹੀ ਸੀ। ਉਸੇ ਦੌਰਾਨ ਦੋ ਨਾਬਾਲਗ ਮੁੰਡੇ ਆ ਜੋ ਇੱਕ ਮੋਟਰਸਾਈਕਲ ਤੇ ਉੱਥੇ ਜਾ ਰਹੇ ਹੁੰਦੇ ਆ, ਜੋ ਕਿ ਨਾਕਾ ਵੇਖ ਕੇ ਵਾਪਸ ਮੁੜਨ ਦੀ ਕੋਸ਼ਿਸ਼ ਕਰਦੇ, ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੀ ਹੈ, ਤੇ ਇਹ ਸਭ ਦੇਖਦੇ ਹੋਏ ਪੁਲਿਸ ਸ਼ਾਇਦ ਉਹਨਾਂ ਨੂੰ ਸ਼ੱਕੀ ਨਿਗਾਹ ਨਾਲ ਦੇਖਦੀ ਆ ਅਤੇ ਉਹਨਾਂ ਤੇ ਫਾਇਰ ਕਰ ਦਿੰਦੀ ਆ। ਇਸ ਸਭ ਦੇ ਚੱਲਦੇ ਜੋ ਨੌਜਵਾਨ ਆ ਮੋਟਰਸਾਈਕਲ ਸਵਾਰ ਆ ਉਹ ਅੱਗੇ ਜਾ ਕੇ ਡਿੱਗ ਪੈਂਦੇ ਨੇ ਤੇ ਉਹਨਾਂ ਦੇ ਝਰੀਟਾਂ ਪੈ ਜਾਂਦੀਆਂ, ਉਹਨਾਂ ਨੇ ਸੱਟ ਫੇਟ ਵੱਜ ਜਾਂਦੀ, ਜਿਸ ਦੇ ਚੱਲਦਿਆਂ ਉਹਨਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ। ਹੁਣ ਸਵਾਲ ਇਹ ਹੈ ਕਿ ਅਗਰ ਦੋ ਨੌਜਵਾਨ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਉਹਨਾਂ ਨੂੰ ਰੋਕਣ ਦੀ ਬਜਾਏ ਪੁਲਿਸ ਨੇ ਉਹਨਾਂ ਤੇ ਬਿਨਾਂ ਕਿਸੇ ਸ਼ੱਕ ਤੋਂ ਫਾਇਰਿੰਗ ਕਿਉਂ ਕੀਤੀ? ਦੂਸਰੀ ਗੱਲ ਇਹ ਵੀ ਹੈ ਕਿ ਅਗਰ ਜੋ ਨੌਜਵਾਨ ਸੀਗੇ ਉਹਨਾਂ ਕੋਲ ਕੋਈ ਪੁਖਤਾ ਕਾਗਜ਼ ਨਹੀਂ ਸੀ, ਜਾਂ ਤਾਂ ਉਹ ਇਸੇ ਕਰਕੇ ਨਾਕਾ ਤੋੜ ਕੇ ਭੱਜੇ ਸੀ, ਜਾਂ ਫਿਰ ਜਿਵੇਂ ਕਹਿ ਦਿੰਦੇ ਕਿ ਚੋਰ ਦੀ ਦਾੜੀ ਵਿੱਚ ਤਿਨਕਾ, ਜਾਂ ਤਾਂ ਫਿਰ ਉਹ ਸੱਚੀ ਕੋਈ ਨਾ ਕੋਈ ਜੁਰਮ ਕਰਕੇ ਭੱਜੇ ਸੀ, ਜਾਂ ਕੋਈ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਬੈਠੇ ਸੀਗੇ। ਪਰ ਇੱਥੇ ਮੰਨਿਆ ਇਹ ਜਾ ਰਿਹਾ ਕਿ ਪੁਲਿਸ ਨੇ ਸਿਰਫ ਉਹਨਾਂ ਨੂੰ ਰੋਕਣ ਲਈ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ, ਜਿਸ ਕਰਕੇ ਉਹਨਾਂ 'ਤੇ ਫਾਇਰ ਕੀਤਾ ਗਿਆ। ਦੂਜੇ ਪਾਸੇ ਐਸਪੀ ਫਰੀਦਕੋਟ ਜਸਮੀਤ ਸਿੰਘ ਦਾ ਇਹ ਕਹਿਣਾ ਕਿ ਉਹਨਾਂ ਨੇ ਸਿਰਫ ਹਵਾਈ ਫਾਇਰ ਕੀਤਾ ਸੀ ਅਤੇ ਉਹ ਲੜਕੇ ਸਿਰਫ ਡਰ ਦੇ ਮਾਰੇ ਹੀ ਨੀਚੇ ਡਿੱਗ ਗਏ ਅਤੇ ਉਹਨਾਂ ਦੇ ਸੱਟ ਵੱਜ ਗਈ। ਇਹਦਾ ਜੀ ਕਿ ਸਾਡੇ ਹੁਣ ਅੱਜ ਜਿੱਦਾਂ ਤੁਹਾਨੂੰ ਪਤਾ ਹੈ 15 ਅਗਸਤ ਨੇੜੇ ਆ ਰਹੀ ਹੈ ਅਤੇ ਅਸੀਂ ਜਗ੍ਹਾ ਜਗ੍ਹਾ ਨਾਕੇ ਲਗਾਏ ਹੋਏ ਆ, ਤਾਂ ਸਾਡੀ ਪੰਜਗਰਾਈ ਚੌਂਕੀ ਵਾਲਿਆਂ ਨੇ ਵੀ ਨਾਕਾ ਲਗਾਇਆ ਹੋਇਆ ਸੀ ਅਤੇ ਉੱਥੇ ਦੋ ਮੁੰਡੇ ਮੋਟਰਸਾਈਕਲ 'ਤੇ ਆਏ ਨੇ। ਇਹਨਾਂ ਨੇ ਉਹਨਾਂ ਨੂੰ ਰੋਕਣ ਦਾ ਜਦੋਂ ਇਸ਼ਾਰਾ ਕੀਤਾ ਉਹ ਐਕਚੁਲੀ ਰੁਕੇ ਨਹੀਂ ਹੈਗੇ। ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਭਾਈ, ਕਿਉਂਕਿ ਨਾਕਾ ਚੈਕਿੰਗ ਕਰ ਰਹੇ ਸੀ, ਜਦੋਂ ਰੋਕਿਆ ਰੁਕੇ ਨਹੀਂ, ਨਾਕਾ ਗਾਂ ਲੱਗਾ ਹੋਇਆ ਸੀ ਆਪਣੇ ਜਿੱਦਾਂ ਬੈਰੀਗੇਡ ਟਾਈਪ ਹੁੰਦੇ ਨੇ, ਅਤੇ ਉਹ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਉਹਦੇ ਵਿੱਚ ਜਾ ਕੇ ਗਾਂ ਕਿਰਾ ਵੱਜ ਗਏ ਨਾਲ ਹੀ, ਹੈ ਨਾ ਜੀ, ਅਤੇ ਉਹ ਮੋਟਰਸਾਈਕਲ ਉਹਨਾਂ ਸਕਿੱਡ ਕਰ ਗਿਆ, ਗਿਰ ਗਏ, ਜਿਸ ਕਰਕੇ ਉਹਨਾਂ ਦੇ ਰਗੜਾ ਵਗੈਰਾ ਸੱਟਾਂ ਅਤੇ ਜਦੋਂ ਉਹ ਲੱਗੀਆਂ ਨੇ, ਫਿਰ ਆਪਾਂ ਉਹਨਾਂ ਨੂੰ ਚੱਕ ਕੇ ਲੈ ਕੇ ਇਮੀਡੀਏਟਲੀ ਮੈਡੀਕਲ ਟੈਂਸ਼ਨ ਵਾਸਤੇ ਤਾਂ ਜੋ ਉਹਨਾਂ ਨੂੰ ਇੱਥੇ ਆਪਾਂ ਜਮ੍ਹਾਂ ਕਰਾਇਆ। ਕਹਿੰਦੇ ਆ ਕਿ ਵਾਰਨਿੰਗ ਦੀ ਸੇਕ ਉਹਨੂੰ ਉਹਦੇ ਲੱਗਾ ਕਿ ਨਹੀਂ ਲੱਗਾ, ਹੁਣ ਇਲਾਜ ਚੱਲ ਰਿਹਾ, ਉਹਨੂੰ ਪਤਾ ਲੱਗੇਗਾ ਜੀ। ਸਰ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਬੱਚਾ ਉਹਨਾਂ 'ਚੋਂ ਮਾਈਨਰ ਹੈ, ਉਹ ਸਿਰਫ ਪੁਲਿਸ ਤੋਂ ਡਰਦੇ ਮਾਰੇ ਜਿਹੜਾ ਉਹਨਾਂ ਨੇ ਆਪਦਾ ਬਾਈਕ ਜਿਹੜਾ ਪਿੱਛੇ ਇਹਦਾ ਜੀ, ਉਹ ਜੇ ਪੁਲਿਸ ਦੇ ਪੁਲਿਸ ਪਹਿਲਾਂ ਇਹ ਤਾਂ ਹੈ ਨਹੀਂ ਕਿ ਉਹਨਾਂ ਨੇ ਉਸੇ ਵੇਲੇ ਹੀ ਉਹਨਾਂ ਨੂੰ ਇਕੱਲਿਆਂ ਰੋਕਿਆ, ਬਾਕੀਆਂ ਨੂੰ ਵੀ ਰੋਕ ਕੇ ਚੈੱਕ ਕਰ ਰਹੇ ਸੀ, ਲੋਕ ਆਪਣੇ ਆਪ ਕੋਆਪਰੇਟ ਕਰ ਰਹੇ ਸੀ ਪੁਲਿਸ ਨੂੰ, ਅਤੇ ਜੇ ਉਹਨਾਂ ਨੂੰ ਕੋਈ ਇੱਦਾਂ ਦੀ ਕਹਾਣੀ ਸੀ ਤਾਂ ਰੁਕ ਕੇ ਪੁਲਿਸ ਨੂੰ ਦੱਸਦੇ, ਹੈ ਨਾ ਜੀ, ਉਹਨਾਂ ਨੇ ਭਜਾਣੀ ਨਹੀਂ ਸੀ ਚਾਹੀਦੀ ਉਹਨਾਂ ਨੂੰ, ਇਹ ਚੀਜ਼ ਸ਼ੰਕਾ ਪੈਦਾ ਕਰਦੀ ਹੈ।